ਗਲਤੀ ਹੋ ਤਾਂ ਤੁਸੀਂ ਦੇਖੋ ਅੰਮ੍ਰਿਤਧਾਰੀ ਹੋ ਕੇ ਮਰਿਆਦਾ ਹੁੰਦੀ ਹੈ, ਤੁਸੀਂ ਮਰਿਆਦਾ ਭੰਗ ਕੀਤੀ, ਕੀ ਕਹਿਣਾ ਚਾਹੁੰਦੇ ਹੋ? ਮਾਫੀ ਵੀ ਸ਼ਰਾਬ ਸ਼ੋਭਾ ਦਿੰਦੀ ਹੈ? ਨਹੀਂ ਸ਼ਰਾਬ ਪੀਂਦੇ ਹੋਏ ਸ਼ਰਾਬ ਦੇ ਠੇਕੇ ਤੇ ਸ਼ਰੇਆਮ ਰੰਗੇ ਹੱਥੀ ਕਾਬੂ ਕੀਤਾ ਗਿਆ। ਦੱਸਦੀਏ ਕਿ ਮੌਕੇ ਦੇ ਉੱਤੇ ਪਹੁੰਚੇ ਨਿਹੰਗ ਸਿੰਘਾਂ ਨੇ ਜੰਮ ਕੇ ਇਸ ਵਿਅਕਤੀ ਨੂੰ ਲਾਂਤਾਂ ਵੀ ਪਾਈਆਂ ਨੇ। ਦਰਅਸਲ ਨਿਹੰਗ ਸਿੰਘਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕੋਈ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਅੰਮ੍ਰਿਤਧਾਰੀ ਵਿਅਕਤੀ ਇਸ ਠੇਕੇ ਦੇ ਉੱਤੇ ਬੈਠਾ ਹੈ, ਤੇ ਜਦੋਂ ਉਹਨਾਂ ਨੇ ਮੌਕੇ ਦੇ ਉੱਤੇ ਪਹੁੰਚ ਕੇ ਛਾਪਾ ਮਾਰਿਆ ਤਾਂ ਉੱਥੇ ਉਸ ਵਿਅਕਤੀ ਨੂੰ ਕਾਬੂ ਕੀਤਾ ਗਿਆ। ਹਾਲਾਂਕਿ ਉਸਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਵੀ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਵੀ ਉਸਨੂੰ ਸ਼ਰਾਬ ਪੀਣ ਦੀ ਪੁਸ਼ਟੀ ਕੀਤੀ ਹੈ। ਫਿਲਹਾਲ ਜੋ ਨਿਹੰਗ ਸਿੰਘ ਸੀ ਉਹਨਾਂ ਨੇ ਉਸ ਅੰਮ੍ਰਿਤਧਾਰੀ ਵਿਅਕਤੀ ਤੋਂ ਕਾਰ ਵੀ ਜੋ ਨੇ ਉਹ ਉਤਰਵਾ ਲਏ ਗਏ ਨੇ ਅਤੇ ਇਸ ਦੇ ਨਾਲ ਹੀ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਤਾਂ ਮਾਮਲਾ ਸਮਰਾਲਾ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਅੰਮ੍ਰਿਤਧਾਰੀ ਵਿਅਕਤੀ ਨੂੰ ਨਿਹੰਗ ਸਿੰਘਾਂ ਨੇ ਸ਼ਰੇਆਮ ਸ਼ਰਾਬ ਪੀਂਦੇ ਹੋਏ ਠੇਕੇ 'ਤੇ ਕਾਬੂ ਕੀਤਾ ਹੈ। ਹਾਲਾਂਕਿ ਉਹ ਵਿਅਕਤੀ ਦੱਸਿਆ ਜਾ ਰਿਹਾ ਕਿ ਆਪਣੀ ਪਹਿਚਾਣ ਵੀ ਨਹੀਂ ਸੀ ਸਹੀ ਤਰੀਕੇ ਨਾਲ ਦੱਸ ਪਾ ਰਿਹਾ ਕਿਉਂਕਿ ਸ਼ਰਾਬ ਦੇ ਨਸ਼ੇ ਦੇ ਵਿੱਚ ਇੰਨਾ ਜ਼ਿਆਦਾ ਧੁੱਤ ਸੀ। ਮੌਕੇ ਦੇ ਉੱਤੇ ਪਹੁੰਚੇ ਨਿਹੰਗ ਸਿੰਘਾਂ ਨੇ ਉਸਨੂੰ ਜੰਮ ਕੇ ਲਾਂਤਾਂ ਪਾਈਆਂ ਨੇ। ਨਿਹੰਗ ਸਿੰਘਾਂ ਦਾ ਕਹਿਣਾ ਕਿ ਉਹਨਾਂ ਨੂੰ ਕਿਸੇ ਨੇ ਗੁਪਤ ਸੂਚਨਾ ਦਿੱਤੀ ਸੀ ਕਿ ਇੱਕ ਅੰਮ੍ਰਿਤਧਾਰੀ ਵਿਅਕਤੀ ਇਸ ਸ਼ਰਾਬ ਦੇ ਠੇਕੇ ਦੇ ਉੱਤੇ ਬੈਠਾ ਹੈ, ਅਤੇ ਜਿਵੇਂ ਹੀ ਜਦੋਂ ਉਹ ਮੌਕੇ ਦੇ ਉੱਤੇ ਪਹੁੰਚੇ ਤਾਂ ਉਸਨੂੰ ਕਾਬੂ ਕਰ ਲਿਆ। ਫਿਲਹਾਲ ਉਸਨੂੰ ਜਦੋਂ ਹਸਪਤਾਲ ਲਿਆਂਦਾ ਗਿਆ ਤਾਂ ਉੱਥੇ ਵੀ ਸ਼ਰਾਬ ਪੀਣ ਦੀ ਪੁਸ਼ਟੀ ਹੋਈ ਹੈ, ਜਿਸ ਤੋਂ ਬਾਅਦ ਨਿਹੰਗ ਸਿੰਘਾਂ ਨੇ ਉਸ ਤੋਂ ਸਾਰੇ ਹੀ ਕੱਕਾਰ ਵੀ ਉਤਰਵਾ ਲਏ ਨੇ। ਕੀ ਨਾਮ ਹੈ ਬਈ? ਮੇਰਾ ਨਾਮ ਆ ਹਰਪ੍ਰੀਤ ਸਿੰਘ ਖਾਲਸਾ, ਪਿੰਡ ਕੁੱਲੇਵਾਲ। ਜਿਵੇਂ ਕਿ ਤੁਸੀਂ ਕਹਿ ਰਹੇ ਇੱਕ ਵਿਅਕਤੀ ਅੰਮ੍ਰਿਤਧਾਰੀ ਸੀ ਜੋ ਸ਼ਰਾਬ ਦੇ ਨਾਲ ਫੜਿਆ, ਕੀ ਮਾਮਲਾ ਹੋਇਆ, ਕਿੱਥੇ ਦੀ ਘਟਨਾ? ਇਹ ਘਟਨਾ ਜੀ ਬਰਧਾਲਾ ਠੇਕੇ ਦੀ। ਮੇਰਾ ਰਿਸ਼ਤੇਦਾਰ ਆ ਮੁੰਡਾ, ਤੇ ਉਹ ਉੱਥੇ ਬੈਠਾ ਸੀ ਤੇ ਉਹਨੇ ਦੱਸਿਆ ਮੈਨੂੰ ਫੋਨ ਕਰਕੇ ਵੀ ਏਦਾਂ ਕਰਕੇ ਵੀ ਇੱਕ ਅੰਮ੍ਰਿਤਧਾਰੀ ਬੰਦਾ ਇੱਥੇ ਬੈਠਾ ਸ਼ਰਾਬ ਪੀ ਰਿਹਾ, ਵੀ ਮੈਂ ਉਹਨੂੰ ਰੋਕਿਆ ਤੇ ਮੇਰੇ ਰੋਕਣ ਦੇ ਬਾਵਜੂਦ ਕਹਿੰਦਾ ਵੀ ਮੇਰਾ ਕੋਈ ਕੀ ਵਿਗਾੜ ਦੂਗਾ, ਮੈਂ ਤਾਂ ਪੀਣਾ, ਤੂੰ ਕੌਣ ਹੁੰਦਾ ਮੈਨੂੰ ਕਹਿਣੇ ਵਾਲਾ? ਫਿਰ ਅਸੀਂ 10 ਮਿੰਟ ਦੇ ਵਿੱਚ ਵਿੱਚ ਅਸੀਂ ਉੱਥੇ ਪਹੁੰਚ ਗਏ। ਪਹੁੰਚ ਕੇ ਜਾ ਕੇ ਫੜਦੇ ਆ ਬੰਦਾ। ਕਿੰਨੇ ਜਣੇ ਪਹੁੰਚੇ ਤੁਸੀਂ ਉੱਥੇ? ਅਸੀਂ 2 ਜਣੇ ਪਹੁੰਚੇ ਜੀ ਮੌਕੇ ਤੇ। ਤੇ ਜਦੋਂ ਤੁਸੀਂ ਜਿਹੜਾ ਅੰਮ੍ਰਿਤਧਾਰੀ ਜੋ ਵਿਅਕਤੀ ਮਿਲੇ ਉਹਨਾਂ ਕਿੰਨੇ ਜਾਣੇ ਸੀ? ਉਹਦੇ ਨਾਲ 2 ਜਣੇ ਸੀ, ਉਹ ਮੇਰੇ ਹਿਸਾਬ ਨਾਲ ਮੈਨੂੰ ਭਈਏ ਲੱਗੇ ਨੇ। ਹਾਂ, ਉਹਨਾਂ ਕੋਲ ਬੋਤਲਾਂ ਵੀ ਸੀ 2, ਉਹਨਾਂ ਕੋਲ ਵੀ 2 ਬੋਤਲਾਂ ਫੜੀਆਂ ਸੀ। ਤੇ ਇਹ ਬੰਦੇ ਨੇ ਜਿੱਥੋਂ ਸਾਨੂੰ ਦੱਸਿਆ ਸਾਡੇ ਰਿਸ਼ਤੇਦਾਰ ਨੇ, ਇਹਦੇ 2 ਬੋਤਲਾਂ ਸਕੂਟੀ ਦੀ ਡਿੱਗੀ 'ਚ ਪਾਈਆਂ। ਜੋ ਤਫਤੀਸ਼ ਕੀਤੀ ਕੀ ਪਤਾ ਲੱਗਿਆ ਕਿੱਥੇ ਦਾ ਬੰਦਾ, ਕੀ ਨਾਮ ਪਤਾ? ਇਹ ਨਾਮ ਇਹਦਾ ਜੀ ਹੈਗਾ ਇਹ ਹਰਿਆਣੇਵਾਲ ਦਾ, ਕਿੱਥੇ ਕੋਲਡ ਸਟੋਰ ਦੇ ਵਿੱਚ ਕੰਮ ਕਰ ਰਿਹਾ ਇਹ, ਸਤਿਅਮ ਕੋਲਡ ਸਟੋਰ ਦੇ ਵਿੱਚ ਕੰਮ ਕਰ ਰਿਹਾ। ਨਾਮ ਹਜੇ ਸਾਨੂੰ ਇਹਦਾ ਪਤਾ ਨਹੀਂ ਲੱਗਿਆ ਕਿਉਂਕਿ ਤੁਸੀਂ ਲਾ ਕੇ ਬੋਲ ਰਿਹਾ, ਪ੍ਰਸ਼ਾਸਨ ਵਾਲਿਆਂ ਨੇ ਆਪਣੇ ਬਰਧਾਲਾ ਚੌਂਕੀ ਵਾਲਿਆਂ ਨੇ ਇਹਦਾ ਨਾਮ ਐਡਰੈਸ ਲਿਖ ਲਿਆ। ਜਿਵੇਂ ਕਿ ਅੰਮ੍ਰਿਤਧਾਰੀ ਇਹ ਜਿਹਾ ਕੰਮ ਨਹੀਂ ਕਰਨਾ ਚਾਹੀਦਾ, ਤੁਸੀਂ ਕੀ ਫਿਰ ਅੱਗੇ ਉਸ ਤੋਂ ਅੱਗੇ ਕੀ ਕਰਦੇ? ਦੇਖੋ ਜੀ, ਅਸੀਂ 10-15 ਕੁ ਦਿਨ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਉਹਦੇ ਵਿੱਚ ਅਸੀਂ ਸਾਫ਼ ਲਫ਼ਜ਼ਾਂ ਵਿੱਚ ਕਿਹਾ ਸੀ ਵੀ ਸਾਨੂੰ ਕੋਈ ਵੀ ਬਾਣੇ ਵਾਲਾ ਜਾਂ ਅੰਮ੍ਰਿਤਧਾਰੀ ਬੰਦਾ ਕੋਈ ਵੀ ਸਾਨੂੰ ਗਲਤ ਖਰਕਰ ਕਰਦਾ ਮਿਲ ਗਿਆ, ਕੋਈ ਨਸ਼ਾ ਕਰਦਾ ਮਿਲ ਗਿਆ, ਸ਼ਰਾਬ ਪੀਂਦਾ ਮਿਲ ਗਿਆ, ਸਿੰਘਾਂ ਵੱਲੋਂ ਜੋ ਕਾਰਵਾਈ ਹੋਣੀ ਉਹ ਅਲੱਗ, ਪ੍ਰਸ਼ਾਸਨ ਵੱਲੋਂ ਉਹਦੇ ਖਿਲਾਫ਼ ਜੋ ਬਣਦੀ ਕਾਨੂੰਨੀ ਕਾਰਵਾਈ ਅਸੀਂ ਉਹ ਕਰਵਾਵਾਂਗੇ। ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ? ਸਾਡੇ ਵੱਲੋਂ ਤਾਂ ਅਸੀਂ ਜੀ ਉਹਨੂੰ ਜਿਵੇਂ ਸੀਗਾ ਨੋਰਮਲ ਅਸੀਂ ਲਿਆ ਕੇ ਪ੍ਰਸ਼ਾਸਨ ਦੇ ਹਾਲਾਤ ਬਿਲਕੁਲ ਉਹ ਕਰਤਾ, ਕੋਈ ਟੱਚ ਨਹੀਂ ਕੀਤਾ ਬੰਦੇ ਨੂੰ। ਹੁਣ ਪ੍ਰਸ਼ਾਸਨ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ? ਪ੍ਰਸ਼ਾਸਨ ਵਾਲੇ ਜੀ ਉਹਦਾ ਮੁਲਾਜ਼ਾ ਕਰਾਉਣ ਆਪਣੇ ਸਿਵਲ ਹਸਪਤਾਲ ਸਮਰਾਲੇ ਲੈ ਕੇ ਆਏ ਨੇ ਜੀ, ਤੇ ਹੁਣ ਇਸ ਟਾਈਮ ਉਹਦਾ ਮੁਲਾਜ਼ਾ ਹੋ ਰਿਹਾ। ਤੁਹਾਡੀ ਪ੍ਰਸ਼ਾਸਨ ਦੀ ਗੱਲ ਹੋਈ ਆ, ਉਹਨਾਂ ਨੇ ਕੀ ਕੀਤਾ ਤੁਹਾਨੂੰ?
ਉਹ ਸਾਡੀ ਡੀਐਸਪੀ ਸਾਹਿਬ ਨਾਲ ਵੀ ਗੱਲ ਹੋਈ ਸੀ, ਉਹ ਕਹਿੰਦੇ ਵੀ ਜੋ ਬਣਦੀ ਕਾਨੂੰਨੀ ਕਾਰਵਾਈ ਆ ਉਹ ਅਸੀਂ ਇਹਦੇ ਕਰਾਂਗੇ। ਕੀ ਲੱਗਦਾ ਹੈ, ਅੰਮ੍ਰਿਤ ਛਕਿਆ ਹੋਇਆ ਜਾਂ ਕੀ? ਇਹ ਕਹਿ ਰਿਹਾ ਅੰਮ੍ਰਿਤ ਛਕਿਆ ਹੋਇਆ, ਪਰ ਇਹ ਅੰਮ੍ਰਿਤ ਨੂੰ ਬਦਨਾਮ ਕਰ ਰਹੇ ਨੇ, ਜਾਣ ਬੁੱਝ ਕੇ ਠੇਕੇ ਤੇ ਜਾ ਕੇ ਸ੍ਰੀ ਸਾਹਿਬ ਪਾ ਕੇ ਬੈਠਣਾ ਉੱਥੇ ਤੇ ਸਿੱਖਾਂ ਨੂੰ ਬਦਨਾਮ ਕਰਨਾ। ਅਸੀਂ ਹੁਣ ਬੰਦੇ ਨੂੰ ਕਿਹਾ ਵੀ ਤੈਨੂੰ ਐਡੀ ਵੱਡੀ ਲੱਤ ਲੱਗੀ ਹੋਈ ਆ ਵੀ ਤੈਨੂੰ ਸ਼ਰਮ ਨੀ ਆ ਰਹੀ, ਤੂੰ ਸ੍ਰੀ ਸਾਹਿਬ ਪਾ ਕੇ ਤੇ ਠੇਕੇ ਤੇ ਬੈਠ ਕੇ ਸ਼ਰਾਬ ਪੀ ਰਿਹਾ। ਇਹਦੇ ਨਾਲ ਪੂਰੇ ਧਰਮ ਦੀ, ਸਿੱਖ ਧਰਮ ਦੀ, ਪੂਰੇ ਸਿੱਖ ਧਰਮ ਨੂੰ ਲਾਜ ਲੱਗ ਰਹੀ ਹੈ, ਸਾਡੀ ਕੀ ਇੱਜ਼ਤ ਰਹਿੰਦੀ ਹੈ ਲੋਕਾਂ ਦੇ ਸਾਹਮਣੇ? ਮਤਲਬ ਉਮਰ ਛਕਿਆ ਜਾਂਦਾ, ਸਹੀ ਗੱਲ ਕਹੀ ਜਾਂਦੀ ਹੈ ਵੀ ਤੁਸੀਂ ਇਸ ਚੀਜ਼ ਨੂੰ ਨਹੀਂ ਕਰਨਾ। ਹਾਂਜੀ ਹਾਂਜੀ, ਸਾਨੂੰ ਜਦੋਂ ਪੰਜ ਪਿਆਰੇ ਸਾਨੂੰ ਇਹ ਚੀਜ਼ਾਂ ਸਾਨੂੰ ਉਹ ਵਰਜਦੇ ਨੇ, ਸ਼ਰਾਬ ਦਾ ਸੇਵਨ ਸਾਡਾ ਬਜਰ ਕਰਿਆ ਤਾਂ ਉਹਦੇ ਵਿੱਚ ਆਉਂਦਾ, ਜਿਹੜੀ ਬਜਰ ਕਰਿਆ ਤੇ ਸਭ ਤੋਂ ਪਹਿਲਾਂ ਸ਼ਰਾਬ ਦਾ ਆਉਂਦਾ। ਮਹਾਰਾਜ ਨੇ ਇਹ ਚੀਜ਼ ਤੋਂ ਸਾਨੂੰ ਰੋਕਿਆ, ਪਰ ਇਹ ਲੋਕ ਜਿਹੜੇ ਬਦਨਾਮ ਕਰਨ ਵਾਲੇ ਨੇ ਸਿੱਖ ਕੌਮ ਨੂੰ, ਸਿੱਖ ਧਰਮ ਨੂੰ, ਤੇ ਇਹੋ ਜਿਹੇ ਲੋਕਾਂ ਦੇ ਜੋਨੀ ਵੀ ਵੱਧ ਤੋਂ ਵੱਧ ਕਾਨੂੰਨੀ ਕਾਰਵਾਈ ਬਣਦੀ ਹੈ ਇਹਨਾਂ ਤੇ ਕੀਤੀ ਜਾਵੇ। ਬਜ਼ੁਰਗ ਕਰਕੇ ਅਸੀਂ, ਚਲੋ ਇਹਦੇ ਦਾੜੇ ਕਰਕੇ, ਚਿੱਟੇ ਦਾੜੇ ਕਰਕੇ ਅਸੀਂ ਨੀ ਛੱਡਿਆ, ਪੁਲਿਸ ਪ੍ਰਸ਼ਾਸਨ ਦੇ ਸਪੁਰਦ ਕਰਤਾ ਬੰਦਾ, ਗਾਹਾਂ ਨੂੰ ਸਾਨੂੰ ਕੋਈ ਇਹੋ ਜਿਹਾ ਕੋਈ ਅਣਗਹਿਲੀ ਕਰਦਾ ਬੰਦਾ ਮਿਲ ਗਿਆ, ਪਹਿਲਾਂ ਅਸੀਂ ਆਪ ਸੋਧਾਂਗੇ। ਵੀਡੀਓ ਵੀ ਬਣਾਈ ਆ? ਹਾਂਜੀ ਹਾਂ, ਵੀਡੀਓ ਬਣਾਈ ਆ ਮੌਕੇ ਦੀ, ਸਾਰੀ ਵੀਡੀਓ ਬਣਾਈ ਆ ਉੱਥੇ ਦੀ।